उसे सुन रहे हो चावला न्यूज नेटवर्क टोरंटो CNN टोरंटो 1320 ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਜੀ ਆ ਉਹਨਾਂ ਦਾ ਸਵਾਗਤ ਕਰਦੇ ਆ ਮਿੰਟੂ ਸਵਾਗਤ ਹੈ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਵੱਲੋਂ ਵੀ ਸਵਾਗਤ ਹੈ ਹੋਰ ਸੁਣਾਓ ਠੀਕ ਠਾਕ ਹੋ ਹਾਂ ਜੀ ਹਾਂ ਜੀ ਖੈਰੀਅਤ ਟਾਈਟਲਰ ਜਗਦੀਸ਼ ਟਾਈਟਲਰ ਪਤਾ ਲੱਗਿਆ ਕਿ ਸਾਰਾ ਰਿਕਾਰਡ ਮੰਗਿਆ ਗਿਆ ਜਨਾਬ ਦਾ ਕੀ ਕਹਿਣਾ ਚਾਹੋਗੇ ਅਜੇ ਦੇਖੋ ਜਗਦੀਸ਼ ਟਾਈਟਲਰ ਦਾ ਜਿਹੜਾ ਮਸਲਾ ਹੈ ਪੁੱਲ ਬੰਗਸ਼ ਗੁਰਦੁਆਰੇ ਦੇ ਵਿੱਚ ਜੋ ਹਿੰਸਾ ਹੋਈ ਜਿਹਦੇ ਵਿੱਚ ਸ਼ਾਇਦ 3 ਸਿੱਖ ਜਿਹੜੇ ਆ ਉਹ ਮਾਰ ਦਿੱਤੇ ਗਏ ਸਨ ਜਲਾ ਕੇ ਤਾਂ ਉਸ ਮਾਮਲੇ ਦੇ ਵਿੱਚ ਘਿਰਿਆ ਹੋਇਆ ਹੈ ਤੇ ਖੁਦ ਨੂੰ ਨਿਰਦੋਸ਼ ਦੱਸਦਾ ਹੈ ਖੁਦ ਨੂੰ ਸਿਆਸਤ ਦਾ ਸ਼ਿਕਾਰ ਦੱਸਦਾ ਹੈ ਪਰ ਬਹੁਤ ਸਾਰੇ ਐਸੇ ਇਹਦੇ ਉਲਟ ਕਹਿ ਲਓ ਕਿ ਗਵਾਹ ਨੇ ਬਿਆਨ ਨੇ ਜਿਹਦੇ ਤੋਂ ਖੜਾ ਨਹੀਂ ਛੁੱਟ ਸਕਦਾ ਸੋ ਲਿਹਾਜ਼ਾ ਹੁਣ ਸਰਕਾਰ ਹੈ ਭਾਜਪਾ ਦੀ ਸਰਕਾਰ ਇਲੈਕਸ਼ਨ ਚ ਜਾ ਰਹੀ ਹੈ ਕੋਸ਼ਿਸ਼ ਹੈ ਕਿ ਥੋੜਾ ਇਧਰੋਂ ਹੋਰ ਸੇਕ ਲਾਇਆ ਜਾਵੇ ਇਹਨਾਂ ਨੂੰ ਕਾਂਗਰਸੀਆਂ ਨੂੰ ਇਹ ਵੀ ਸਾਫ਼ ਹੈ ਕਿ ਤੇਜ਼ੀ ਨਾਲ ਜਸਟਿਸ ਤੱਕ ਪਹੁੰਚਾਇਆ ਜਾਵੇ ਇਸ ਕਹਾਣੀ ਨੂੰ ਤਾਂ ਹੁਣ ਇਹ ਸਾਰਾ ਕੁਛ ਹੈ ਜਿਹੜਾ ਦੇਖੋ ਕਿਉਂਕਿ ਇਹ ਜਗਦੀਸ਼ ਟਾਈਟਲਰ ਜਿਹੜਾ ਹੈ MP ਰਹਿ ਚੁੱਕਾ ਹੈ ਜਿਹੜੇ ਇਸ ਤਰ੍ਹਾਂ ਦੇ ਪੈਂਡਿੰਗ ਕੇਸ ਨੇ ਪੁਰਾਣੇ ਅੱਜ ਕੱਲ੍ਹ ਉਹਨਾਂ ਵਾਸਤੇ ਵਿਸ਼ੇਸ਼ ਅਦਾਲਤਾਂ ਬਣੀਆਂ ਹੋਈਆਂ ਮਿਸਾਲ ਦੇ ਤੌਰ ਤੇ ਅਨਸਾਰੀ ਇੱਥੇ 2 ਸਾਲ ਨਜ਼ਾਰੇ ਲੈਂਦਾ ਰਿਹਾ ਪਰ ਜਿਵੇਂ ਹੀ UP ਚ ਗਿਆ ਉਹਨੂੰ ਨਾਲ ਦੀ ਨਾਲ ਸਜ਼ਾ ਹੋ ਗਈ ਕਾਰਨ ਇਹ ਆ ਕਿ ਉੱਥੇ ਉਹਦੇ ਟ੍ਰਾਇਲ ਨੇ ਚੱਲਣਾ ਸੀਗਾ MLA MP ਕੋਰਟ ਦੇ ਵਿੱਚ ਤਾਂ ਇਹੋ ਗੱਲ ਇੱਥੇ ਲਾ ਲਓ ਤਾਂ ਹੁਣ ਇਹ ਰਿਕਾਰਡ ਜਿਹੜਾ ਹੈ ਉਹ ਪੇਸ਼ ਕਰਨਾ ਪਵੇਗਾ ਬਹੁਤ ਜਲਦੀ ਜਲਦੀ ਤੇ ਸ਼ੁੱਕਰਵਾਰ ਯਾਨੀ ਅੱਜ ਸਵੇਰੇ 11 ਵਜੇ 11 ਵਜੇ ਇਹ ਰਿਕਾਰਡ ਜਿਹੜਾ ਹੈ ਉਹ ਸੰਭਾਵਨਾ ਹੈ ਕਿ ਪੇਸ਼ ਕਰ ਦਿੱਤਾ ਜਾਏਗਾ ਤਾਂ ਇਸ ਤੋਂ ਬਾਅਦ ਫਿਰ ਮਤਲਬ ਕਿ ਦੇਖਿਆ ਜਾਏਗਾ ਕੀ ਬਣਦਾ ਹੈ ਪਰ ਸੁਣਵਾਈ ਦੌਰਾਨ CBI ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਫੋਰੈਂਸਿਕ ਲੈਬੋਰਟਰੀ ਨੂੰ ਆਵਾਜ਼ ਦੇ ਸੈਂਪਲਾਂ ਦੀ ਜਾਂਚ ਦਾ ਕੰਮ ਤੇਜ਼ ਕਰਨ ਲਈ ਰਿਮਾਈਂਡਰ ਭੇਜ ਦਿੱਤਾ ਗਿਆ ਮਤਲਬ ਕਿ ਉਧਰੋਂ ਆਵਾਜ਼ ਆ ਜਾਏ ਕਿ ਜਿਹੜੀ ਉਹ ਵੀਡੀਓ ਵਾਡੀਓ ਵਾਲਾ ਮਸਲਾ ਸੀਗਾ ਠੀਕ ਹੈ ਨਾ ਜੀ ਤਾਂ ਚਾਰਜਸ਼ੀਟ ਦਾਖਲ ਹੋ ਗਈ ਆ ਮਤਲਬ ਜਦੋਂ ਇਹ ਸਾਰੀਆਂ ਚੀਜ਼ਾਂ ਰਿਕਾਰਡ ਵੀ ਆ ਗਿਆ ਉਧਰੋਂ ਫੋਰੈਂਸਿਕ ਲੈਬ ਦੀ ਕੋਈ ਜਿਹੜੀ ਹੈਗੀ ਲੈਬੋਰਟਰੀ ਦੀ ਕੋਈ ਜਿਹੜੀ ਪ੍ਰਮਾਣਤਾ ਆ ਗਈ ਤਾਂ ਕਹਾਣੀ ਸਮਝ ਲਓ ਕਿ ਅੱਗੇ ਤੁਰ ਪਈ ਉਹ ਹੁਣ ਇਨਸਾਫ ਤੱਕ ਨਿਆਂ ਤੱਕ ਪਹੁੰਚਦੀ ਹੈ ਕਿ ਨਹੀਂ ਇਹ ਅਸੀਂ ਟਿੱਪਣੀ ਨਹੀਂ ਕਰ ਸਕਦੇ ਇਹ ਅਦਾਲਤ ਦੇ ਅਧਿਕਾਰ ਖੇਤਰ ਦਾ ਮਸਲਾ ਹੈ ਜੀ ਪਰ ਸਾਰਾ ਕੁਝ ਸੈੱਟ ਆ 9058131320 9058131320 ਤੇ ਤੁਸੀਂ ਕਾਲ ਕਰਕੇ ਅਗਰ ਤੁਹਾਡਾ ਕੋਈ ਕੁਐਸਚਨ ਹੈ ਕਾਲ ਕਰ ਸਕਦੇ ਹੋ ਚਿੜੀਆਂ ਦੀ ਚੂੰ ਚੂੰ ਚੈੱਕ ਜਿਹੜੀ ਹੈ ਉਹ ਸਾਡੇ ਮਨ ਨੂੰ ਬੜੀ ਅੱਛੀ ਲੱਗਦੀ ਹੈ ਸਾਨੂੰ ਬਹੁਤ ਚੰਗਾ ਲੱਗਦਾ ਹੈ ਇੱਥੇ ਵੀ ਹੈ ਨ ਚਿੜੀਆਂ ਪਰ ਬਾਹਰ ਜਾਣਾ ਪੈਂਦਾ ਘਰਾਂ ਦੇ ਅੰਦਰ ਜਿਹੜਾ ਹੈ ਸਾਨੂੰ ਨਹੀਂ ਦਿਖਾਈ ਦਿੰਦੀਆਂ ਪਰ ਬਾਹਰ ਜਾਓ ਤਾਂ ਤੁਹਾਨੂੰ ਥੋੜ੍ਹੀ ਬਹੁਤੀ ਕਿਤੇ ਇਹਨਾਂ ਦੀ ਆਵਾਜ਼ ਪਰੰਤੂ ਇੰਡੀਆ ਦੇ ਵਿੱਚ ਤਾਂ ਨਜ਼ਾਰਾ ਜੀ ਇਸ ਵਕਤ ਅਰਲੀ ਮਾਰਨਿੰਗ ਹੈ ਅਤੇ ਇਹ ਵੀ ਘਰਾਂ ਤੋਂ ਨਿਕਲ ਤੁਰ ਰਹੇ ਤਿੱਤਰ ਬੋਲ ਰਹੇ ਨੇ ਅੱਛਾ ਤਿੱਤਰ ਆ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਅੱਛਾ ਕਿਆ ਬਾਤ ਹੈ ਜੀ ਚਲੋ ਵਧੀਆ ਗੱਲ ਹੈ ਜੀ ਤਿੱਤਰਾਂ ਦੀ ਆਵਾਜ਼ ਵੀ ਵੱਖਰੀ ਹੁੰਦੀ ਹੈ ਅਕਾਲੀਆਂ ਨੇ ਕਿਉਂਕਿ ਤੁਸੀਂ ਖੇਤਾਂ 'ਚ ਰਹਿੰਦੇ ਹੋ ਨਾ ਆਲੇ ਦੁਆਲੇ ਤਾਂ ਫਿਰ ਤਿੱਤਰ ਅਤੇ ਬਟੇਰ ਅੱਛਾ ਤਿੱਤਰ ਅਤੇ ਬਟੇਰ 'ਚ ਫਰਕ ਹੁੰਦਾ ਨਾ ਬਟੇਰਾ ਛੋਟਾ ਹੁੰਦਾ ਅੱਛਾ ਅੱਛਾ ਮੈਂ ਬਹੁਤ ਖਾਧਾ ਬਟੇਰਾ ਵੀ ਤੇ ਤਿੱਤਰ ਤੇ ਫਿਰ ਚੂੰ ਚੂੰ ਕਿੱਦਾਂ ਕਰੀ ਜਾਂਦਾ ਲਾਗੇ ਇਹ ਛੇਤੀ ਹੰਬ ਜਾਂਦਾ ਹੈ ਭਾਰਾ ਹੋਵੇ ਤੇ ਇਹ ਹੈ ਸੱਚਾਈ ਗਰਮੀ ਚ ਜੇ ਇੱਕ ਤਿੱਤਰ ਦੇ ਮਗਰ ਉਹ ਤਾਂ ਆ ਨਾ ਕਿ ਜੇ ਲੁੱਕ ਨੀ ਹੈਗੀ ਅੱਛਾ ਉਹ ਰੜੇ ਚ ਆ ਉਹਨੂੰ ਭਜਾਇਆ ਜਾਂਦਾ ਮਤਲਬ ਕਿ ਉਹਦੀਆਂ ਤਿੰਨ ਕੁ ਉਡਾਰੀਆਂ ਮਰਵਾ ਲਈਆਂ ਜਾਂਦੀਆਂ ਤੇ ਚੌਥੀ ਉਡਾਰੀ ਫਿਰ ਹੰਬ ਜਾਂਦਾ ਤੇ ਜੋ ਉਹਦੀ ਪਹਿਲੀ ਉਡਾਰੀ ਵੱਡੀ ਹੁੰਦੀ ਥੋੜੀ ਘੱਟਦੀ ਜਾਂਦੀ ਆ ਪਰ ਹੁਣ ਤਾਂ ਲੁੱਕ ਜ਼ਿਆਦਾ ਹੈ ਨਾ ਪਹਿਲਾਂ ਸਾਡੇ ਇੱਧਰ ਕੀ ਹੁੰਦਾ ਸੀਗਾ ਕਿ ਜ਼ਿਆਦਾ ਵੇਲ ਸੀਗੀ ਮਤਲਬ ਕਿ ਜ਼ਿਆਦਾ ਟਿੱਬੇ ਟੁੱਬੇ ਵੀ ਸੀਗੇ ਤੇ ਘੱਟ ਬੀਜੀ ਜਾਂਦੀ ਸੀਗੀ ਝੋਨਾ ਝਾਨਾ ਕਣਕ ਵੀ ਘੱਟ ਹੀ ਸੀਗੀ ਉਦੋਂ ਜ਼ਿਆਦਾ ਟਿੱਬੇ ਹੁੰਦੇ ਸੀਗੇ
ਫਿਰ ਚਰੀਆਂ ਚੁਰੀਆਂ 'ਚ ਜਾਲ ਵੀ ਲੱਗ ਜਾਂਦਾ ਸੀ। ਅੱਛਾ ਇਹ ਵਿਧੀ ਹੁੰਦੀ, ਸਾਨੂੰ ਤੇ ਸਾਡਾ ਮਾਸਟਰ ਭੇਜ ਦਿੰਦਾ ਹੁੰਦਾ ਸੀ ਜਾਂ ਉੱਥੇ ਤਰ ਫੜ ਕੇ। ਉਹਦਾ ਧੱਕਾ ਬਦੋ ਹੀ ਹੁੰਦਾ ਸੀ, ਚਾਹ ਬਣਾ ਤੀ ਉਹ ਤਾਂ ਪੱਠੇ ਵੱਢ, ਗਲਾਸੀ ਵੀ ਚਲਾ ਦਿੰਦਾ ਹੁੰਦਾ ਸੀ ਛੁੱਟੀ ਤੋਂ ਪਹਿਲਾਂ। ਨਹੀਂ ਉਹ ਤੇ ਚੱਲਦਾ ਸੀਗਾ, ਪੱਠੇ ਵੱਢ ਕੇ ਲਿਆਓ, ਪੱਠੇ ਛੱਡ ਆਓ, ਰੋਟੀ ਲੈ ਆਓ ਟੀਚਰਾਂ ਦੀ, ਅਸੀਂ ਰਾਜ ਵੀ ਖਾ ਜਾਂਦੇ ਹੁੰਦੇ ਸਾਂ। ਪਤਾ ਲੱਗ ਗਿਆ ਭੈਣ ਜੀ ਨੂੰ, ਉਹਨੇ ਕਿਹੜਾ ਦੂਰ ਆ, ਇਹਨਾਂ ਨੂੰ ਜ਼ਿਆਦਾ ਬਿਠਾ ਕੇ ਖਵਾ ਦਿਆ ਕਰੋ ਤੇ ਜਾਂ ਦੋ ਚਾਰ ਵੱਧ ਪਾ ਦਿਆ ਕਰੋ, ਰਾਹ ਦੇ ਵਿੱਚ ਠੁੰਗਾ ਮਾਰਨਾ ਹੁੰਦਾ ਇਹਨਾਂ ਨੇ। ਸਹੀ ਹੈ ਜੀ। ਅੱਛਾ ਚਲੋ ਖੈਰ ਅੜੀ ਮੇ, ਇਹ ਮੈਨੂੰ ਸਹੀ ਇਨਫੋਰਮੇਸ਼ਨ ਸੀ ਕਿ ਤਿੱਤਰ ਜਦੋਂ ਦੋ ਤਿੰਨ ਉਡਾਰੀਆਂ ਮਾਰ ਲੈਂਦਾ ਅਤੇ ਹੰਭ ਜਾਂਦਾ ਤਾਂ ਸ਼ਿਕਾਰੀ ਜਿਹੜੇ ਨੇ ਉਹ ਫੜ ਲੈਂਦੇ ਨੇ। ਇਹ ਗੱਲ ਹੈ ਕਿ ਉਹਨਾਂ ਦਾ ਸਟੈਮਿਨਾ ਪੂਰਾ ਹੋਣਾ ਚਾਹੀਦਾ, ਇਹ ਨਾ ਹੋਵੇ ਪਹਿਲਾਂ ਉਹ ਤੋਂ ਹੰਭ ਕੇ ਬੈਠੇ ਹੋਣ। ਅਕਾਲੀਆਂ ਨੇ ਮਾਨ ਵਿਰੁੱਧ ਮਤਾ ਲਿਆਂਦਾ, ਕੀ ਹੈ ਮਾਮਲਾ? ਦੇਖੋ ਅਸੀਂ ਤਾਂ ਆਖਿਆ ਸੀਗਾ ਗੱਠਜੋੜ ਦਾ ਮਤਾ ਲੈ ਕੇ ਆਣਗੇ, ਪਰ ਇੱਥੇ ਮਾਮਲਾ ਹੁਣ ਉਲਟ ਜੇ ਆ। ਉੱਥੇ ਤਾਂ ਅਗਲੇ ਨੇ ਪਹਿਲਾਂ ਹੀ ਮਾਰਕ, ਪਹਿਲਾਂ ਹੀ ਬਿਆਨਬਾਜ਼ੀ ਦਾਗਦੀ ਵੀ ਨਹੀਂ ਨਾ ਅਸੀਂ 13 ਦੀਆਂ 13 ਤੇ ਆਪਣੇ ਬਲਬੂਤੇ ਤੇ ਲੜਾਂਗੇ, ਪਰ ਅੰਦਰ ਖਾਤੇ ਕਹਿੰਦੇ ਸਮਝੌਤਾ ਕੋਈ ਨਜ਼ਰ। ਕੁਛ ਵੀ ਨਹੀਂ ਕਿਹਾ ਜਾ ਸਕਦਾ, ਮੈਨੂੰ ਮੈਨੂੰ ਤਾਂ ਲੱਗਦਾ ਕਿ ਹਾਲੇ ਵੀ ਸੰਭਾਵਨਾ ਹੈ ਇਸ ਗੱਠਜੋੜ ਦੀ, ਕਿਉਂਕਿ ਦੋਨਾਂ ਨੂੰ ਦੇਖੋ ਇਹ ਜਿਹੜੇ ਬੋਲਦੇ ਹੁੰਦੇ ਆ ਨਾ, ਆ ਜੀ ਰੂਪਾਨੀ ਹੈ, ਸਿਰਸਾ ਹੈ, ਇਹਨਾਂ ਦਾ ਕੁਛ ਨਹੀਂ ਹੈ। ਮੈਂ ਆ ਜਿਹੜੇ ਜੈਨੀ ਹੋਰੀ ਬਾਅਦ ਚ ਬੋਲਦੇ ਰਹੇ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਤੇ ਦੀ। ਮੈਂ ਜੈਨੀ ਦੇ ਘਰ ਗਿਆ ਇੰਟਰਵਿਊ ਵਾਸਤੇ ਜਦੋਂ ਇਹ ਕਿਸਾਨੀ ਅੰਦੋਲਨ ਚੱਲਿਆ, ਉਹ ਪਹਿਲੀ ਇੰਟਰਵਿਊ ਅਸੀਂ ਕਰਕੇ ਆਏ ਸੀਗੇ, ਮੈਂ ਤੇ ਇੱਕ ਮੁੰਡਾ ਮੇਰੇ ਨਾਲ ਸੀ, ਹੁਣ US ਚ ਹੈ, ਤੇ ਅਸੀਂ ਚਲੋ ਇੰਟਰਵਿਊ ਕਰ ਲਈ ਤੇ ਉਹ ਸਾਨੂੰ ਅੰਦਰ ਲੈ ਗਿਆ, ਕਿਉਂਕਿ ਉਹ ਮੈਨੂੰ ਜਾਣਦਾ ਸੀ ਕਿਸੇ ਟਾਈਮ ਮੈਂ ਉਹਦੇ ਇਲੈਕਸ਼ਨ ਚ ਵੀ ਗਿਆ ਹੋਇਆ ਸੀਗਾ ਕਿਸੇ ਦੇ ਨਾਲ। ਤੇ ਚਲੋ ਗੱਲਾਂ ਮਤ ਆਫ ਦੀ ਰਿਕਾਰਡ ਉਹਨੇ ਸਾਨੂੰ ਦੱਸਿਆ, ਕਹਿੰਦਾ ਯਾਰ ਸਾਨੂੰ ਤਾਂ ਉੱਥੇ ਕੋਈ ਨੇੜੇ ਨਹੀਂ ਲੱਗਣ ਦਿੰਦਾ, ਉੱਥੇ ਕੋਈ ਵੜਨ ਨਹੀਂ ਦਿੰਦਾ ਗਾ, ਅਸੀਂ ਕਿੱਥੇ ਗੱਲ ਰੱਖੀ, ਅਸੀਂ ਆਪ ਮੰਨਦੇ ਹਾਂ ਕਿ ਇਹ ਚੀਜ਼ਾਂ ਗਲਤ ਨੇ। ਇਹ ਇਹ ਮੈਂ ਚੈਲੰਜ ਵੀ ਕੀਤਾ ਸੀ ਅਬੋਹਰ ਖਲੋ ਕੇ ਰੈਲੀ ਦੇ ਵਿੱਚ ਕਿ ਜੈਨੀ ਮੇਰੇ ਸਾਹਮਣੇ ਆਵੇ ਅੱਜ, ਅੱਜ ਕਿਉਂਕਿ ਏਰੀਆ ਨਾ ਵੀ ਅੱਜ ਉਹ ਏਦਾਂ ਕਰਦਾ ਏਦਾਂ ਕਰਦਾ, ਮੇਰੇ ਸਾਹਮਣੇ ਆ ਕੇ ਕਹੇ ਕਿ ਉਸ ਦਿਨ ਪਹਿਲੇ ਦਿਨ ਜਿਹੜੀ ਪਹਿਲੀ ਇੰਟਰਵਿਊ ਕੀਤੀ ਮੈਂ ਕੀਤੀ ਆ ਤੇ ਉਸ ਦਿਨ ਮੰਨਿਆ ਨਹੀਂ, ਨਾਲੇ ਲੱਸੀ ਪੀਂਦੇ ਪਏ ਸੀ ਤੇ ਮੰਨਿਆ ਨਹੀਂ ਕਿ ਇਹ ਗਲਤ ਹੈ ਤੇ ਸਾਡੀ ਉੱਥੋਂ ਤੱਕ ਪਹੁੰਚ ਨਹੀਂ ਹੈਗੀ। ਤੋ ਮਤਲਬ ਇਹ ਆ ਕਿ ਇਹ ਇਹ ਜਿਹੜੇ ਲੀਡਰ ਬਾਅਦ ਚ, ਹਾਲਾਂਕਿ ਜੈਨੀ ਫਿਰ ਪ੍ਰਮੁੱਖ ਚਿਹਰਾ ਬਣ ਗਿਆ ਵਿਰੋਧ ਦਾ, ਤੇ ਗੱਲ ਇਹ ਆ ਕਿ ਇਹ ਜਿਹੜੇ ਲੀਡਰ ਹੁੰਦੇ ਆ ਨਾ ਹੇਠਲੇ ਪੱਧਰ ਤੇ, ਚਾਹੇ ਕੋਈ ਵੀ ਹੈ, ਉਹ ਇਹਨਾਂ ਦਾ ਨੇ ਜਦੋਂ ਨੈਸ਼ਨਲ ਲੈਵਲ ਤੇ ਫੈਸਲੇ ਹੋ ਜਾਂਦੇ, ਇਹਨਾਂ ਇਹਨਾਂ ਦੀ ਜ਼ਰੂਰਤ ਨਹੀਂ ਹੈਗੀ, ਇਹ ਚੂੰ ਵੀ ਕਰ ਜਾਣ। ਆ ਜਾਖੜ ਨੂੰ ਬਣਾਇਆ ਨਾ ਬੋਲ ਕੇ ਦਿਖਾ ਦੇਣਾ ਬਈ, ਉਹਨਾਂ ਦਾ ਆਰਗਨਾਈਜੇਸ਼ਨ ਦਾ ਢਾਂਚਾ ਇੰਨਾ ਤਗੜਾ ਹੈ ਨਾ, ਗੱਲ ਹੀ ਛੱਡ ਦਿਓ ਤਾਂ ਬਾਕੀ ਉਹਨਾਂ ਦਾ ਲਗਾ ਅਗਲਿਆਂ ਨੇ ਜੋੜਿਆ, RSS ਨੇ, ਮਤਲਬ ਕਿ ਇਸ ਤਰ੍ਹਾਂ ਦਾ ਉਹਨਾਂ ਦੇ ਮਨ ਚ ਭਰਿਆ ਹੁੰਦਾ ਕਿ ਬੰਦਾ ਛੇਤੀ ਕੀਤੇ ਆਪਦੀ ਸ਼ਾਖਾ ਦਾ ਆਪਦੀ ਸੰਸਥਾ ਦਾ ਕਦੇ ਵੀ ਜਲੂਸ ਨਹੀਂ ਕੱਢਦਾ। ਸੋ ਇਸ ਕਰਕੇ ਇਹਨਾਂ ਦੀਆਂ ਗੱਲਾਂ ਛੱਡੋ। ਮੈਂ ਮੈਨੂੰ ਤੇ ਅੱਜ ਵੀ ਇੱਕ ਪੜ੍ਹਨ ਨੂੰ ਮਿਲਿਆ ਆਰਟੀਕਲ 6 ਦੇ ਵਿੱਚ ਨਾਮ ਦੱਸੇ ਗਏ ਨੇ ਕੇਂਦਰੀ ਮੰਤਰੀਆਂ ਦੇ ਕਿ ਸੈਸ਼ਨ ਤੋਂ 2 ਦਿਨ ਪਹਿਲਾਂ ਰੀਸ਼ਫਲਿੰਗ ਹੋਏ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵੀ ਨਾਮ ਹੈ। ਮਤਲਬ ਕਿ ਇਹ ਚੀਜ਼ਾਂ ਜਦੋਂ ਹੋਣੀਆਂ ਵੇਖੀ ਜਾਏਗੀ, ਪਰ ਗੱਲ ਇਹ ਹੈ ਕਿ ਇਹਨਾਂ ਦੀ ਕੋਈ ਉਹ ਹੇਠਲੇ ਪੱਧਰ ਵਾਲੇ ਲੀਡਰਾਂ ਦੀ ਕੋਈ ਉਹ ਨਹੀਂ ਹੁੰਦਾ ਵੀ ਇਹਨਾਂ ਦੀ ਰਾਇਸ਼ੁਮਾਰੀ ਕਰਨਗੇ ਉਹ। ਸੁਨੀਲ ਜਾਖੜ, ਤੁਸੀਂ ਮੈਨੂੰ ਦੱਸੋ ਕਿਹੜਾ ਕਿਹੜਾ ਪੰਜਾਬ ਦਾ ਲੀਡਰ ਭਾਜਪਾ ਦਾ ਰਾਜੀ ਹੋਏਗਾ ਕਿ ਸੁਨੀਲ ਜਾਖੜ 1 ਸਾਲ ਦੇ ਵਿੱਚ ਵਿੱਚ ਆ ਕੇ ਪ੍ਰੈਜੀਡੈਂਟ ਬਣ ਜਾਵੇ? ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ ਸਹੀ। ਅਗਲੇ ਨੇ ਆਪਦਾ ਜੋੜ ਤੋੜ ਦੇਖਣਾ ਕਿ ਰਾਜਸਥਾਨ ਤੱਕ ਅਸਰ ਪੈਣਾ ਉਹਦਾ, ਉਹ ਜਾਟ ਵੀ ਆ ਹਿੰਦੂ ਵੀ, ਸਮਝਦੇ ਹੋ ਨਾ? ਸੋ ਉਹਨਾਂ ਦਾ ਜੋੜ ਤੋੜ ਵੱਖਰੇ, ਉਹਨਾਂ ਦਾ ਅਸਰ ਹਰਿਆਣੇ ਤੱਕ ਪੈਣਾ ਹੈ, ਇਹਨਾਂ ਦਾ ਭਾਈਚਾਰਾ ਔਫ ਜਾ ਕੇ ਸਾਰ ਤੱਕ ਲੱਗਦਾ, ਬਿਲਕੁਲ ਜਾਖੜਾਂ ਦਾ। ਸੋ ਗੱਲ ਇਹ ਆ ਕਿ ਇਹ ਇਹ ਚੀਜ਼ਾਂ ਹੁੰਦੀਆਂ ਨੇ। ਖੈਰ ਦੇਖੋ ਗੱਲ ਇਹ ਆ ਕਿ ਇਹਨਾਂ ਨੇ ਮਤਾ ਉਹ ਜਿਹੜਾ ਲਿਆਂਦਾ, ਹੁਣ ਕੱਲ ਗੱਲ ਤਾਂ ਘੁਮਾ ਦਿੱਤੀ ਸੀਟਾਂ ਸੂਟਾਂ ਦਾ, ਸ਼ਾਇਦ ਕੋਈ ਚੱਕਰ ਪਿਆ ਹੋਏਗਾ ਡਿੱਕਾ ਹੱਲ ਦੀ ਘੜੀ, ਕਹਿੰਦੇ ਜੀ ਆਪਾਂ ਤਾਂ UCC ਤੇ ਇੱਕ ਕਮੇਟੀ ਬਿਠਾ ਦਿੱਤੀ ਆ, ਤੇ ਐਵੇਂ ਬਸ ਬੇਵਕੂਫ ਜਿਹਾ ਬਣਾਉਣਾ ਹੁੰਦਾ ਲੋਕਾਂ ਨੂੰ, ਮੀਡੀਆ ਵਾਲਿਆਂ ਨੂੰ ਘੁਮਾਉਣਾ ਹੁੰਦਾ। ਤੇ ਇੱਕ ਜੀ USCC ਤੇ ਜੇ ਤੁਸੀਂ ਕਮੇਟੀ ਬਣਾਉਣੀ ਤੇ ਜਿੱਦਣ ਉਹਨਾਂ ਨੇ ਸੁਝਾਅ ਸ਼ੁਰੂ ਕੀਤੇ ਸੀ ਉਦਣ ਬਣਾਓ, ਹੁਣ ਤੇ ਦਿਨ ਹੀ 4 ਰਹਿ ਗਏ ਨੇ। ਤੇ SGPC ਤੇ ਚੀਮਾ ਸਾਹਿਬ ਤੇ ਪਹਿਲਾਂ ਹੀ ਵਿਰੋਧ ਕਰ ਚੁੱਕੇ, ਕਮਾਲ ਦੀ ਗੱਲ ਹੈ। ਤੇ ਦੂਜੀ ਚੀਜ਼ ਜਿਹੜੀ ਹੈ ਕਿ ਦੇਖੋ ਇਹਨਾਂ ਨੇ ਉਹ ਫਿਰ ਮਤਾ ਤਾਂ ਪਾਉਣਾ ਹੀ ਹੈ ਕਿ ਦਾੜੀ ਤੇ ਜੋ ਟਿੱਪਣੀ ਕੀਤੀ ਹੈ, ਜੋ ਰਾਗੀ ਸਿੰਘਾਂ ਬਾਰੇ ਗੱਲ ਕਹੀ ਆ, ਉਹ ਗੱਲ ਕਹੀ ਵੀ ਮਾਨ ਨੇ ਗਲਤ ਹੈ, ਡੇ ਵਨ ਤੋਂ ਮੈਂ ਕਹਿੰਦਾ ਕਿ ਗਲਤ ਕਹੀ ਆ। ਉਹ ਮਾਨ ਸਾਹਿਬ ਦਾ ਤਾਂ ਹਾਲ ਇਹ ਆ ਕਿ ਬਸ ਉਹ ਨਾ ਤੇ ਉਹ ਭਗਤ ਸਿੰਘ ਦੇ ਉਪਾਸ਼ਕ ਨੇ ਚੰਗੀ ਤਰ੍ਹਾਂ, ਉਹ ਕਹਿੰਦੇ ਮੈਂ ਉਪਾਸ਼ਕ ਬੜਾ ਤਗੜਾ, ਭਗਤ ਸਿੰਘ ਕੀ ਏਦਾਂ ਹੈਲੀਕਾਪਟਰ ਘੁਮਾਈ ਫਿਰਦਾ ਕਿਸੇ ਦੇ ਆਖੇ ਲੱਗ ਕੇ, ਜਿੱਦਾਂ ਇਹ ਕਰਦੇ ਫਿਰਦੇ ਆ,
तो गल भगत सिंह टीचर से लाठीचार्ज करवा गल ने कि बई हूँ उन्होंने टिप्पणी की है, गलत है इन्होंने चक के हूँ खिलाफ मता वगैरह तो पाना ही कि बई धार्मिक दखल तो इलावा इस तरह के कमेंट पास कर रहा है सीएम तो गलत है वो उन्होंने फिर इन्नी को कार्रवाई तो करनी है जी। अच्छा मिंटू जी ये जिहड़ा जीरा फैक्टरी है उसनू लैके काफ़ी वाद विवाद शुरू होया सी जानते हो तुसी बहुत कुछ खबर आपां साझियां कीतियां कवरेज भी पूरी कीती तुसी भी बाकी पत्रकार भी जीरा फैक्टरी PPCB वल्लों ना दसो हां डिटेल थोड़ी जी। हाँ जी देखो कई रिपोर्टा ने जिहड़ियां के मतलब ये गल कहिंदियां ने कि बई जीरा फैक्टरी च कुछ ना कुछ तो गलत हो रहा सीगा ਤਾਂ ਹੁਣ ਇਹ ਮਾਮਲਾ ਕੋਰਟ 'ਚ ਚਲੇ ਗਿਆ ਸੀਗਾ ਕਿ ਬਈ ਸਾਨੂੰ ਸੁਣਿਆ ਨਹੀਂ ਜਾ ਰਿਹਾ ਠੀਕ ਢੰਗ ਦੇ ਨਾਲ ਤੇ ਫਿਰ ਹੁਣ ਇਹ ਖਾਨਾ ਪੂਰਤੀ ਤਾਂ ਹੁੰਦੀ ਹੈ ਜਦੋਂ ਕੋਰਟ ਨੇ ਕਿਹਾ ਕਿ ਬਈ ਤੁਹਾਨੂੰ ਦੂਜੀ ਧਿਰ ਨੂੰ ਸੁਣਨਾ ਤਾਂ ਪਏਗਾ ਇਹ ਤੇ ਵੈਸੇ ਨੈਚੁਰਲੀ ਕਹਿ ਲਈਏ ਕਿ ਉਹ ਜਸਟਿਸ ਨਹੀਂ ਹੋਏਗਾ ਨਾ ਕਿ ਜੇ ਕਿਸੇ ਨੂੰ ਸੁਣਿਆ ਨਾ ਜਾਵੇ ਤਾਂ ਕੋਰਟ ਨੇ ਕਿਹਾ ਸੀਗਾ ਕਿ ਬਈ ਇਹਨਾਂ ਦਾ ਪੱਖ ਧਿਆਨ ਨਾਲ ਸੁਣਿਆ ਜਾਵੇ ਤਾਂ ਉਹ ਸਾਰੀ ਫਾਰਮੈਲਿਟੀ ਇਹਨਾਂ ਨੇ ਪੂਰੀ ਕਰ ਲਈ ਹੋਊਗੀ ਤੇ ਹੁਣ ਕਹਿੰਦੇ ਆ ਕਿ PPCB ਵੀ PPCB ਜਿਹੜੀ ਹੈ ਉਹ ਕੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮਤਲਬ ਕਿ ਪ੍ਰਦੂਸ਼ਣ ਵਾਲੀ NOC ਜਿਹੜੀ ਹੈ ਉਹ ਇਹਨਾਂ ਦੇ ਕੋਲੋਂ ਜਾਣੀ ਹੈ ਕਿ ਕੋਈ ਵੀ ਪ੍ਰਦੂਸ਼ਣ ਦਾ ਉਲੰਘਣ ਨਹੀਂ ਹੋ ਰਿਹਾ ਤਾਂ ਇਹਨਾਂ ਨੇ ਉਹ ਜਿਹੜੀ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਹੈ ਉਹਨਾਂ ਨੂੰ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਵੱਲੋਂ NOC ਨਹੀਂ ਹੈ ਠੀਕ ਹੈ ਨਾ ਜੀ ਜਦੋਂ ਹੁਣ ਉਹਨਾਂ ਵੱਲੋਂ NOC ਨਹੀਂ ਹੈ ਤਾਂ ਕੰਮ ਕਹਾਣੀ ਖਤਮ ਹੋ ਗਈ ਫਿਰ इस करके क्योंकि यह रौला पै जाना है जो भी हम रौला पवेगा तो गां फिर चिंता तो होंगी है ना कि इन्हों कोई मोर्चा लग गया होर 2-4 महीनों के अंदर बाद फिर जिहड़ियां इलेक्शन दी तैयारियां प्रभावित होनिया शुरू हो जाएगी ठीक तो इस करके जिहड़ी जीरा फैक्टरी वाली है कहानी मैनूं लगता हूँ अगे तुरदी जापदी नहीं छेती हालांकि उन्होंने कोल एक बदल होगा सुप्रीम कोर्ट जा सकते हैं मणिपुर मणिपुर चलीए तो मणिपुर जिहड़ी हिंसा है बहुत सुरखियां बटेर चुकी है तो संसदीय कमेटी चो जी बैठक है वाकआउट दी खबर आ रही ने की कहना चाहोगे। हाँ जी देखो विरोधी मैंबर वालों संसदीय कमेटी की मीटिंग चो वाकआउट किया गया है तो यह है कि इन्होंने जी संसदीय कमेटी की सी ना मीटिंग मणिपुर के हालात बारे कहा कि विचार वटांदरा होना चाहिए संसदीय कमेटी ने ना कर दी होनी है क्योंकि संसदीय कमेटियां जिहड़ियां होंदियां ने ना कंपोजिशन जिहड़ी होंदी है इस तरह होंदी है कि उहदे च हुंदे तां सारे दल आ पर सारे दल सीटां दे अनुपात दे अनुसार ही हुंदे ना मैंबर जे मान लो 31 मैंबर ही है तां 31 दे विच फिर भारतीय जनता पार्टी कोल 303 दीआं आपदीआं सीटां ने ते जे नाल रला लोगे तां फिर किन्ना बन जांदा उहनां दा बड़ा वड्डा उन्होंने कोल मैंडेट बन जाता है तो वह जी मेजोरिटी है तो उन्होंने उस हिसाब से मैंबर मिल जाने हुण उन्होंने 15-20 हो गए दूजे पास सारे दे रला के 10-11 हो गए तो पेश तो उन्होंने चलनी है ना अखीर से भाई एजेंडा की होना चाहिए की नहीं तो फिर विरोधी धिर के कोल कोई ज्यादा मतलब कि ठोस वजह बचती नहीं होंगी कि वह कुछ करे तो यही है कि वाकआउट कर दो जां अपनी असहमति की नोटिंग करवा दो इन्होंने इतने वाकआउट किया क्योंकि उन्होंने ये मतलब कि डिस्कशन नहीं अलाउ की। ये जनाब ची ची ज्यादा ही कर दे तुहानू वंगार रहे कि बाबा जी मैं हैगा है नहीं नहीं अच्छा लैम दे नजारे चलो डुटन दे मौजा अच्छा इत्थे चलदे आ फिर सिद्धी बिजाई ने इस बार दम तोड़ दिता। हाँ जी हाँ जी जिहड़ी सिद्धी बिजाई है ना सिद्धी बिजाई वाला मसला जिहड़ा ਉਹ ਇਹ ਆ ਕਿ ਬਈ ਪੰਜਾਬ ਦੇ ਵਿੱਚ ਸਿੱਧੀ ਬਿਜਾਈ ਲਈ ਇਹਨਾਂ ਨੇ ਕਾਫੀ ਸਰਗਰਮੀ ਵਿਖਾਈ ਸੀਗੀ ਮਾਨ ਸਾਹਿਬ ਨੇ ਤੇ ਮਤਲਬ ਕਿ ਆ ਕੇ ਬੜਾ ਉਹਨੂੰ ਪ੍ਰਮੋਟ ਵੀ ਕੀਤਾ ਤਾਂ ਬਹਰਹਾਲ ਜਿਹੜੇ ਅੰਕੜੇ ਨੇ ਵੈਸੇ ਇਹ ਅੰਕੜੇ ਪਹਿਲਾਂ ਵੀ ਆ ਚੁੱਕੇ ਆ ਟ੍ਰਿਬਿਊਨ ਵਾਲਿਆਂ ਨੇ ਅੱਜ ਛਾਪ ਦਿੱਤੇ ਨੇ ਤਾਂ ਬਈ ਇਹਦੇ ਵਿੱਚ ਹੁਣ ਲੋਕ ਚਿੜੀਆਂ ਚੁੜੀਆਂ ਵੀ ਖਾਸੀਆਂ ਆ ਗਈਆਂ ਹੁਣ ਚੰਗੀ ਰੌਣਕ ਅਸਲ ਵਿੱਚ ਮੈਂ ਉੱਤੇ ਬੈਠਾ ਨਾ ਤਾਂ ਉਹ ਫਿਰ ਪੰਛੀ ਇਸ ਵੇਲੇ ਬਹੁਤ ਆ ਜਾਂਦੇ ਨਹੀਂ ਕੋਈ ਨਹੀਂ ਤੁਸੀਂ ਇੱਥੇ ਬੈਠਿਆ ਕਰੋ ਸਾਨੂੰ ਆਵਾਜ਼ਾਂ ਚੰਗੀਆਂ ਲੱਗਦੀਆਂ ਨੇ। हां जी वो फिर गर्मियों मैं ऐसी नहीं चलाउंदा इस वेले तो मतलब बूहा खोल लईदा ठीक है। अच्छा देखो गल आ भी जिहड़ी गल आपां करदे पए सां सिद्धी बिजाई शायद
सीधी बिजाई वाले, तो सीधी बिजाई वाला मसला जड़ा है ना, इन्होंने बहुत कुछ किया कि 1500 रुपया भी दे देंगे, कर देंगे वो कर देंगे, पर वो आंकड़े जो मैं जिंदी गल करता पे पहले ही साफ हो गया, स्पष्ट हो गया इस बारी, क्योंकि झोना तो हूं तकरीबन लग चुका है ना, पिछेता ही रह गया, बाकी झोना लग गया, कृपा हुई है मालिक की, मीह मूह चंगे पै गए, झोना तो तैयार वर तैयार है। अच्छा ये जड़ा हुण आ कि इन्होंने टीचा मिथ्या सीगा कि भाई 5 लाख एकड़ रकबा जो ले आवे तो रह गया सारा 1.5 लाख एकड़, जानी नरमे वांगू मूंगी वांगू सीधी बिजाई भी मुद्दे मूंह डिग पाई। हुण गल है कि पिछली बारी वह जरा एक तो बिजाई वाला जरा पैसा आना सीधे तो खजल खुआरी हुई, लोगों का मन खट्टा होया। दूजी चीज यह कि ये की है कि कुछ थावां ते तां सीधी बिजाई ठीक हो सकती है पर इलाके के हिसाब न सारिया जगह ते ठीक नहीं। जिकण साडे इधर वेखोगे तुसीं ते ओह नदीन ज्यादा हुंदा है, कक कान ज्यादा हुंदा है, फिर अजकल असीं कंफर्ट जोन च चले गए जिथे ज्यादातर दुनिया की वसों रहिंदी है कंफर्ट जोन च, तां उत्थे असीं चले गए कि सानूं कक कान पटना बड़ा औखा है। फिर तीजी एक इत्थे आर्गूमेंट यह चलती है कि पानी की बचत हुंदी है कि नहीं, कुछ मारां दा कहना कि नहीं हुंदी, कुछ कहिंदे कुछ इहदे हक च आ, पर ओवरऑल जिहड़ा अंकड़ा सीगा ना, मैं अंकड़ा इहनू दस भी देना कि एक मौका 2020 दे विच अजिहा भी आया जद यह अंकड़ा चल गया सीगा 2.5 लाख हैक्टेयर तक, वह बहुत वड्डा सी। उहदा कारण इह सी कि उस वरे कोरोना भाजी आए हुए सन, हाँ जी हाँ जी हाँ जी, करके की होया सी कि लेबर है नहीं सी। अच्छा जी ता इस करके वो अंकड़ा उस वेले बड़ा चढ़िया सी, इन्हां नूं लग्गिया कि असीं ते लै लिया काम, पर हकीकत यही है कि जिवें हुण लेबर खुली आई आ ते तुहाडे सामने आ कि पिट गई उह जी सीधी बिजाई। बहुत शुक्रिया मिंटू जी, थैंक यू वेरी मच, कल मिलदे आ, रब राखा, धन्यवाद, सत श्री अकाल। तुसीं सुन रहे हो चावला न्यूज़ नेटवर्क टोरंटो, CNN टोरंटो।